ਜਾਗੋ ਜਾਗੋ ਸੁੱਤੇ ਉਹ ਚੱਲਿਆ ਵਣਜਾਰਾ, ਇੱਕ ਵਣਜਾਰਾ ਸਾਡੇ ਵਿੱਚੋਂ ਵਣਜ ਕਰਕੇ ਚਲਾ ਗਿਆ। ਵਣਜਾਰੇ ਹਰ ਰੋਜ਼ ਜਾ ਰਹੇ ਆ ਵਣਜ ਕਰਕੇ। ਇਉਂ ਨਹੀਂ ਹੁੰਦਾ ਵੀ ਕੋਈ ਬੰਦਾ ਵਿਦੇਸ਼ ਗਿਆ ਹੋਵੇ ਪੈਸੇ ਕਮਾਉਣ ਵਾਸਤੇ, ਮੁੜ ਕੇ ਆਪਣੇ ਦੇਸ਼ ਪਰਤੇ ਹੀ ਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਉਂਦੇ ਆ ਨਾ ਜੀ, ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਅਸੀਂ ਵੀ ਸੰਸਾਰ ਤੇ ਵਣਜਾਰੇ ਆਏ ਹਾਂ, ਅਸੀਂ ਵੀ ਇੱਥੇ ਵਣਜ ਕਰਨ ਵਾਸਤੇ ਆਏ ਹਾਂ, ਅਸੀਂ ਵੀ ਇੱਥੇ ਵਪਾਰ ਕਰਨ ਵਾਸਤੇ ਆਏ ਹਾਂ। ਤੇ ਯਾਦ ਰੱਖਿਓ ਇੱਕ ਨਾ ਇੱਕ ਦਿਨ ਸਾਨੂੰ ਵੀ ਜਾਣਾ ਪੈਣਾ, ਤੇ ਅਸੀਂ ਵਪਾਰ ਕਿਹੜਾ ਕਰਨਾ ਹੈ ਜੀ? ਅਸੀਂ ਪੈਸੇ ਦਾ ਵਪਾਰ ਕਰਨਾ ਹੈ ਜਾਂ ਅਸੀਂ ਇਹ ਸੰਸਾਰ ਤੇ ਧੀ ਪੁੱਤ ਪਾਲਣ ਵਾਸਤੇ ਆਏ ਹਾਂ, ਜਾਂ ਅਸੀਂ ਇਹ ਸੰਸਾਰ ਤੇ ਵੱਡੇ ਵੱਡੇ ਮਕਾਨ ਬਣਾਉਣ ਵਾਸਤੇ ਆਏ ਹਾਂ? ਨਹੀਂ ਨਹੀਂ, ਨਾ ਅਸੀਂ ਇੱਥੇ ਮਕਾਨ ਬਣਾਉਣ ਵਾਸਤੇ ਆਏ ਹਾਂ। ਚੰਗੀ ਗੱਲ ਹੈ, ਸਾਰਿਆਂ ਦੇ ਵਧੀਆ ਮਕਾਨ ਹੋਣੇ ਚਾਹੀਦੇ ਹੈ, ਪਰ ਮਨਾ ਤੂੰ ਇੱਥੇ ਇਕੱਲੇ ਮਕਾਨ ਬਣਾਉਣ ਵਾਸਤੇ ਨਹੀਂ ਆਇਆ, ਤੂੰ ਵਧੀਆ ਕੋਠੀ ਵਿੱਚ ਰਹਿਣ ਵਾਸਤੇ ਨਹੀਂ ਆਇਆ, ਤੂੰ ਵਧੀਆ ਗੱਡੀ ਵਿੱਚ ਜਾਣ ਵਾਸਤੇ ਨਹੀਂ ਆਇਆ। ਤੇ ਇਹ ਵੀ ਯਾਦ ਰੱਖੀ, ਤੂੰ ਇੱਥੇ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਨਹੀਂ ਆਇਆ। ਜੇ ਤੂੰ ਸੰਸਾਰ ਵਿੱਚ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਆਇਆ ਹੁੰਦਾ ਨਾ, ਬੱਚੇ ਤਾਂ ਆਪਣੇ ਪਸ਼ੂ ਪੰਛੀ ਵੀ ਪਾਲ ਲੈਂਦੇ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਤੂੰ ਬੱਚੇ ਪਾਲ ਕੇ ਚਲਾ ਗਿਆ, ਤੇਰੇ ਤੇ ਪਸ਼ੂਆਂ ਵਿੱਚ ਕੀ ਅੰਤਰ ਹੋਇਆ? ਜੇ ਤੂੰ ਆਪਣੇ ਘਰ ਬਣਾ ਕੇ ਚਲਾ ਗਿਆ, ਤੇਰੇ ਤੇ ਪਸ਼ੂਆਂ 'ਚ ਕੀ ਅੰਤਰ ਹੋਇਆ ਜੀ? ਆਲਣੇ ਤਾਂ ਆਪਣੇ ਪੰਛੀ ਬੜੇ ਵਧੀਆ ਬਣਾਉਂਦੇ ਆ, ਇੱਦਾਂ ਦਾ ਆਲਣਾ ਤਾਂ ਮਨੁੱਖ ਵੀ ਨਹੀਂ ਬਣਾ ਸਕਦਾ ਜਿੱਦਾਂ ਦਾ ਆਲਣਾ ਪੰਛੀ ਬਣਾਉਂਦੇ ਆ। ਪਰ ਜੇ ਤੈਨੂੰ ਮਾਲਕ ਨੇ ਸੰਸਾਰ ਵਿੱਚ ਭੇਜਿਆ, ਤੂੰ ਸੰਸਾਰ ਅੰਦਰ ਕੁਝ ਕਰਨ ਵਾਸਤੇ ਆਇਆ, ਕੀ ਕਰਨ ਵਾਸਤੇ ਆਇਆ? ਹਰ ਰੋਜ਼ ਰਹਿਰਾਜ ਸਾਹਿਬ ਦੀ ਬਾਣੀ 'ਚ ਪੜ੍ਹਦੇ ਹੋ, ਸੁਣਦੇ ਹੋ, ਭਈ ਪ੍ਰਾਪਤ ਮਨੁੱਖ ਦਿਓ ਹਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ ਆਹ ਵੇਲਾ ਹੈ। ਬਹੁਤ ਜਨਮ ਵਿਛਰੇ ਥੇ ਮਾਧੋ, ਪਤਾ ਨਹੀਂ ਕਿੰਨੇ ਜਨਮ ਹੋ ਗਏ। ਇੱਕ ਘੱਟ 84 ਲੱਖ ਜੂਨਾ ਹੈ ਇਹ ਸੰਸਾਰ ਅੰਦਰ, ਇੱਕ ਜੂਨ ਜਿਹੜੀ ਹੈ ਉਹ ਆ ਮਨੁੱਖਾ ਸਰੀਰ ਹੈ, ਤਾਂ ਪੂਰੀਆਂ 84 ਲੱਖ ਹੁੰਦੀਆਂ। 42 ਲੱਖ ਜੂਨਾਂ ਧਰਤੀ ਤੇ ਰਹਿੰਦੀਆਂ, 42 ਲੱਖ ਪਾਣੀ ਵਿੱਚ ਹੈ। ਤੇ ਮਨਾ ਮੇਰਿਆ, ਤੈਨੂੰ ਆ ਜੀਵਨ ਨੂੰ ਆ ਤੇਰੇ ਸਰੀਰ ਨੂੰ ਮੇਰੇ ਮਾਲਕ ਨੇ ਸ੍ਰੇਸ਼ਟ ਆਖਿਆ, ਪ੍ਰਧਾਨਗੀ ਦਿੱਤੀ ਹੈ, ਮਨੁੱਖਾ ਸਰੀਰ ਨੂੰ ਪ੍ਰਧਾਨਗੀ ਮਿਲੀ ਹੈ। ਪਰ ਜੇ ਇਹ ਮਨੁੱਖਾ ਸਰੀਰ ਅੰਦਰ ਰਹਿ ਕੇ ਮਾੜੇ ਕਰਮ ਕੀਤੇ, ਮਹਾਰਾਜ ਕਹਿੰਦੇ ਤੇਰੇ ਤੋਂ ਬੁਰਾ ਪਸ਼ੂ ਵੀ ਨਹੀਂ ਕੋਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਤੂੰ ਪਸ਼ੂਆਂ ਤੋਂ ਵੀ ਭੈੜਾ ਹੈ ਜੇ ਸਰੀਰ ਵਿੱਚ ਰਹਿ ਕੇ ਮਾੜੇ ਕਰਮ ਕਰਦਾ। ਕਿਸੇ ਵਿਦਵਾਨ ਨੇ ਆਖਿਆ, ਕਹਿੰਦਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਜੀਵਨ ਦਿੱਤਾ ਸੀ ਦੇਵਤਿਆਂ ਦੀ ਤਰ੍ਹਾਂ, ਮਨੁੱਖ ਨੂੰ ਦੇਵਤੇ ਬਣਾ ਕੇ ਇਹ ਸੰਸਾਰ 'ਚ ਭੇਜਿਆ ਸੀ ਅਕਾਲ ਪੁਰਖ ਵਾਹਿਗੁਰੂ ਜੀ ਨੇ, ਪਰ ਇਹ ਸੰਸਾਰ ਅੰਦਰ ਰਹਿ ਕੇ ਇੰਨੇ ਮਾੜੇ ਕਰਮ ਕਰਦਾ ਤੇ ਜਦੋਂ ਸੰਸਾਰ ਵਿੱਚੋਂ ਗਿਆ ਆਇਆ ਦੇਵਤਿਆਂ ਦੀ ਤਰ੍ਹਾਂ ਸੀ, ਪਰ ਇਹ ਗਿਆ ਦੈਂਤਾਂ ਦੀ ਤਰ੍ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨੇ ਮਾੜੇ ਕਰਮ।